ਤਰਨਤਾਰਨ ਸਿਹਤ ਵਿਭਾਗ ਦੀ ਟੀਮ ਵੱਲੋਂ ਤੰਦਰੁਸਤ ਮਿਸ਼ਨ ਦੇ ਚੱਲਦਿਆਂ ਹੋਇਆ ਨਾਕੇਬੰਦੀ ਦੌਰਾਨ ਇੱਕ ਗੱਡੀ ਫੜੀ ਗਈ। ਜਿਸਦੀ ਤਲਾਸ਼ੀ ਲਈ ਗਈ ਤਾਂ ਗੱਡੀ ਵਿੱਚੋਂ 3 ਕੁਇੰਟਲ ਮਿਠਾਈ ਮਿਲੀ ਜੋ ਕਿ ਰੰਗ ਕੀਤੀ ਹੋਈ ਸੀ। ਸਿਹਤ ਵਿਭਾਗ ਟੀਮ ਵੱਲੋਂ ਮੌਕੇ ਤੇ ਹੀ ਸਾਰੀਆਂ ਮਿਠਾਈਆਂ ਦੇ ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਫੂਡ ਤਰਨਤਾਰਨ, ਸਾਡੀ ਸਾਰੀ ਟੀਮ, ਮੇਰੇ ਨਾਲ FSO ਅਸ਼ਵਨੀ ਕੁਮਾਰ, ਅਸੀਂ ਜਿਹੜਾ ਆ ਜੀ ਅੱਜ ਇੱਕ ਗੱਡੀ ਸੀਗੀ ਜਿਹੜੀ ਆਪਣਾ ਮਿਠਾਈ ਜਿਹੜੀ ਆ ਉਹ ਲੈ ਕੇ ਜਿਹੜੀ ਆ ਰਹੀ ਸੀਗੀ, ਜਿਹਦੇ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਕੋਈ 2.5-3 ਕੁਇੰਟਲ ਦੇ ਲਾਗੇ ਮਿਠਾਈਆਂ ਆ, ਜਿਹਦੇ ਵਿੱਚ ਬਰਫੀ ਆ, ਖੋਆ ਬਰਫੀ ਆ, ਫਿਰ ਮਿਲਕ ਕੇਕ ਆ, ਪਤੀਸਾ ਆ, ਲੱਡੂ ਆ, ਜਿਨ੍ਹਾਂ ਵਿੱਚ ਕਿ ਇਹਨਾਂ ਨੇ ਕਾਫੀ ਮਾਤਰਾ ਦੇ ਵਿੱਚ ਰੰਗ ਵਗੈਰਾ ਦੀ ਜਿਹੜੀ ਆ ਵਰਤੋਂ ਕੀਤੀ ਹੋਈ ਆ। ਜਿਹੜੀ ਦੁੱਧ ਤੋਂ ਬਣੀ ਮਿਠਾਈ ਆ ਉਹਦੀ ਵੀ ਜਿਹੜੀ ਆ ਕੁਆਲਿਟੀ ਚੰਗੀ ਨਹੀਂ ਲੱਗ ਰਹੀ ਹੈਗੀ, ਤੇ ਇਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਆ ਇਹਨਾਂ ਦੇ ਸੈਂਪਲ ਭਰ ਲਏ ਆ। ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।